मीडिया साड़ी रोजाना जिंदगी का हिस्सा बन गया। जिवें जिवें मनुख की सोशल मीडिया से गतिविधि वधी है, उवें ही सोशल मीडिया से जुर्म ने भी रफ्तार फड़ी है। मामला मोड़ मंडी दा है, जिथे पिंड वासियां ने मोड़ मंडी थाना दे बाहर धरना दे दिता। धरना देने का कारण हैरान कर देने वाला सी। दरअसल किसी अनपछाते व्यक्ति ने सोशल मीडिया से पिंड दियां औरतां नूं लैके गलत पोस्ट सांझी कीती, जिस नाल पिंड वासियां च गुस्सा पर आया अते उन्हां ने धरना दे दिता। हालांकि पुलिस धरना चुकवाउण दी कोशिश कर रही सी, पर लोकां ने मामला दर्ज ना होण तक पक्का धरना देण दा फैसला कर दिता। मोड़ मंडी दे म्यूनसिपल कारपोरेशन दे मैंबरां ने कहा कि किसे व्यक्ति ने उन्हां दे पिंड दीआं औरतां लई गलत पोस्ट पाई है, जिस कारण ओह धरना दे रहे ने अते ओह पुलिस तों मंग करदे ने कि पुलिस जल्द तों जल्द कारवाई करे। उत्थे ही उन्हां ने इह वी कहा कि मौके ते कोई पुलिस प्रशासन मौजूद नहीं सी। होर की कहा लोकां ने सुनो। मैं रजेश जैन, साबका प्रधान म्यूनसिपल कौंसल मौड़। अज जो इह रोस धरना पुलिस थाना मौड़ दे अगे दित्ता जा रहा, इह अज किसे व्यक्ति ने फेसबुक दे उत्ते इक पोस्ट पाई। की नाम है उहदा जी? उहदा नाम है भोला सिंह मान। उन्हें कहा कि मौड़ मंडी के कुछ अमीर जादिया जो कि बठिंडा विखे होटल के बिच गलत हरकत कर फड़िया गई, 19 लाख रुपये पुलिस को दे के उतों छुड़ाई गई। अच्छा, यह बिल्कुल निरी अफवाह। मौड़ मंडी निवासियों के बीच इस गलू लैके भारी रोस पाया जा रहा। अज इस संबंधी एक श्री कृष्णा मंदिर मौड़ मंडी निवासियों की एक बहुत बड़ी मीटिंग हुई, उसके फैसला किया गया कि आप सारे पुलिस स्टेशन मौड़ विखे जाके उस गलत आंसर जिसने पोस्ट पाई है वो खिलाफ जिन्ना चर कार्रवाई नहीं होंगी ਤਾਂ ਪੁਲਿਸ ਥਾਣਾ ਮੌੜ ਦੇ ਅਸੀਂ ਬੈਠਾਂਗੇ। ਉਹ ਇੱਕ ਦਰਖਾਸਤ ਐਸ ਐਚ ਓ ਮੌੜ ਨੂੰ ਦੇਣ ਵਾਸਤੇ ਅਸੀਂ ਇੱਥੇ ਪਹੁੰਚੇ। ਦੋਸਤੋ, ਮੈਂ ਦੀਪਕ ਮਿੱਤਲ, ਮੀਤ ਪ੍ਰਧਾਨ ਨਗਰ ਕੌਂਸਲ ਮੌੜ। ਜੋ ਅੱਜ ਇਹ ਇੱਕ ਮੰਦਭਾਗੀ ਘਟਨਾ ਸਾਡੇ ਮੌੜ ਮੰਡੀ ਵਾਸੀਆਂ ਨਾਲ ਹੋਈ ਹੈ, ਜੋ ਕਿ ਇੱਕ ਭੋਲਾ ਸਿੰਘ ਮਾਨ ਨਾਮ ਦੇ ਸ਼ਖਸ ਨੇ ਆਪਣੀ ਫੇਸਬੁੱਕ ਆਈ ਡੀ ਦੇ ਉੱਪਰ ਬੜੇ ਅਪਸ਼ਬਦ ਲਿਖੇ ਹਨ ਸਾਡੇ ਮੌੜ ਮੰਡੀ ਦੀਆਂ ਔਰਤਾਂ ਵਾਸਤੇ। ਸਾਨੂੰ ਉਹ ਬਰਦਾਸ਼ਤ ਨਹੀਂ ਹੈ, ਜਿਸ ਦੇ ਕਾਰਨ ਅੱਜ ਅਸੀਂ ਸਮੂਹ ਮੰਡੀ ਨਿਵਾਸੀ ਥਾਣਾ ਮੌੜ ਨੂੰ ਧਰਨਾ ਲਾਇਆ ਹੋਇਆ ਹੈ, ਤਾਂ ਕਿ ਜੋ ਇਹ ਮੁਰਜਮ ਹੈ ਭੋਲਾ ਸਿੰਘ ਮਾਨ, ਇਹਦੇ ਵਿਰੁੱਧ ਬੰਦੀ ਐਫ ਆਈ ਆਰ ਦਰਜ ਕਰਕੇ ਇਹਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਕੋਈ ਨਹੀਂ ਹੈ ਦੋਸਤੋ, ਇਸ ਵੇਲੇ ਮੌਕੇ 'ਤੇ ਪਰ ਦੇਖੋ ਇਦੋਂ ਵੱਧ ਮੰਦਭਾਗਾ ਕੀ ਹੋ ਸਕਦਾ ਹੈ। ਮੌੜ ਮੰਡੀ ਥਾਣੇ ਦੇ ਵਿੱਚ ਨਾ ਤਾਂ ਐਸ ਐਚ ਓ ਮੌਜੂਦ ਹੈ, ਨਾ ਕੋਈ ਥਾਣੇਦਾਰ ਮੌਜੂਦ ਹੈ। ਸੋ ਸਾਡੀ ਇੱਕ ਪ੍ਰਸ਼ਾਸਨ ਸਰਕਾਰ ਨੂੰ ਸਾਡੀ ਬੇਨਤੀ ਹੈ, ਮੌੜ ਮੰਡੀ ਜੋ ਕਿ ਇੱਕ ਬਹੁਤ ਪਿਛੜਿਆ ਹੋਇਆ ਇਲਾਕਾ, ਮੈਂ ਅੱਜ ਕਹੂੰਗਾ ਕਾਰਨ, ਸਾਡੀ ਇੱਥੇ ਅਗਰਵਾਲਾਂ 'ਤੇ ਕੋਈ ਸੁਣਵਾਈ ਨਹੀਂ ਹੈ। ਮੈਂ ਖਾਸ ਤੌਰ 'ਤੇ ਮੌੜ ਮੰਡੀ ਨਿਵਾਸੀ ਹੋਣ ਦੇ ਨਾਤੇ ਸਾਡੇ ਅਗਰਵਾਲ ਸਮਾਜ ਨੂੰ ਰੀਪ੍ਰਜੈਂਟ ਕਰਦਾ ਹੋਇਆ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਸੁਣਵਾਈ ਬਰਕਰਾਰ ਹੋਣੀ ਚਾਹੀਦੀ ਹੈ। ਧੰਨਵਾਦ, ਜੈ ਹਿੰਦ ਜੀ। ਮੇਰਾ ਨਾਮ ਹਰਮੀਤ ਸਿੰਘ ਹੈ ਜੀ। ਮੈਂ ਅੱਜ ਇੱਥੇ ਥਾਣਾ ਮੌੜ ਦੇ ਵਿੱਚ ਸ਼ਹਿਰ ਵਾਸੀਆਂ ਨਾਲ ਆਇਆ। ਇੱਥੇ ਆਪਣਾ ਮੌੜ ਮੰਡੀ ਦੀ ਲੇਡੀਜ਼ ਬਾਰੇ, ਇੱਕ ਭੋਲਾ ਸਿੰਘ ਮਾਨ ਹੈ ਜੀ, ਅਤੇ ਉਹਦਾ ਪਿੰਡ ਉਹ ਆਪਣਾ ਬੈਦ ਗਾਜੀ ਬੈਦ ਕੋਈ ਦੱਸਦਿਆ ਮਾਨਸਾ ਕੋਲ ਹੈ। ਉਹਨੇ ਇਹ ਪਾਈ ਹੈ ਵੀ ਇੱਥੋਂ ਦੀਆਂ ਕੁਛ ਬਠਿੰਡੇ ਦੇ ਮੀਰਜ਼ਾਦੇ ਅਤੇ ਇੱਥੋਂ ਦੀਆਂ ਮੰਡੀ ਮੌੜ ਮੰਡੀ ਦੀਆਂ ਮੀਰਜ਼ਾਦੀਆਂ ਉੱਥੇ ਹੋਟਲ ਦੇ ਵਿੱਚ ਅਤੇ ਰੰਗ ਰਲੀਆਂ ਮਨਾਉਂਦੀਆਂ ਫੜੀਆਂ ਗਈਆਂ, ਅਤੇ 18-19 ਲੱਖ ਰੁਪਈਆ ਉਹਨਾਂ ਨੇ ਦੇ ਕੇ ਇਹ ਕੀਤਾ। ਇਹ ਸਰਾਸਰ ਝੂਠ ਹੈ ਜੀ, ਅਤੇ ਮੈਂ ਇਹ ਕਹਿਣਾ ਵੀ ਇਹ ਭੋਲਾ ਸਿੰਘ ਮਾਨ ਹੈ ਜਿਹੜਾ, ਇਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਤਾਂ ਕਿ ਇਹ ਤੋਂ ਇਹ ਹੋਰ ਵੀ ਖੁਲਾਸੇ। ਇਹਨੇ ਕਿਹਾ ਵੀ ਮੈਂ ਆਪਦੀ ਸੋਸ਼ਲ ਮੀਡੀਆ ਸਾਈਟ 'ਤੇ ਕਿਹਾ ਵੀ ਹੋਰ ਵੀ ਖੁਲਾਸੇ ਕਰੂੰਗਾ, ਇਹ ਤੋਂ ਸਾਰਾ ਕੁਛ ਪੁੱਛਿਆ ਜਾਵੇ ਵੀ ਇਹ ਕੀ ਹੋਰ ਖੁਲਾਸੇ ਕਰਨਾ ਚਾਹੁੰਦਾ। ਬਸ ਮੇਰੀ ਆਪਣਾ ਪੁਲਿਸ ਮਹਿਕਮੇ ਤੋਂ ਇਹੀ ਮੰਗ ਹੈ ਜੀ ਵੀ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ, ਤਾਂ ਕਿ ਜੋ ਮੰਡੀ ਦਾ ਇਹ ਭਖਦਾ ਮਾਹੌਲ ਹੈ ਜੀ, ਇਹਨੂੰ ਸ਼ਾਂਤ ਕੀਤਾ ਜਾਵੇ। ਧੰਨਵਾਦ। ਦੂਜੇ ਪਾਸੇ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਸੀ, ਪਰ ਪਿੰਡ ਵਾਸੀਆਂ ਦੇ ਧਰਨੇ ਦੀ ਖਬਰ ਮਿਲਣ ਤੇ DSP ਉੱਥੇ ਪਹੁੰਚੇ। ਉਹਨਾਂ ਨੇ ਲੋਕਾਂ ਨੂੰ ਕਾਰਵਾਈ ਦਾ ਵਿਸ਼ਵਾਸ ਦਿਵਾ ਦਿੱਤਾ ਅਤੇ ਇਹ ਧਰਨਾ ਚੁਕਵਾ ਦਿੱਤਾ। ਸੋਸ਼ਲ ਮੀਡੀਆ ਦੇ ਸਕਾਰਾਤਮਕ ਤੇ ਨਕਾਰਾਤਮਕ ਦੋਨੋਂ ਇਸਤੇਮਾਲ ਕੀਤੇ ਜਾ ਸਕਦੇ ਨੇ, ਇਹ ਇਸਤੇਮਾਲ ਕਿਵੇਂ ਕਰਨਾ ਹੈ ਇਹ ਕਰਨ ਵਾਲੇ ਦੀ ਸੋਚ ਤੇ ਨਿਰਭਰ ਕਰਦਾ ਹੈ। ਪਰ ਜੇਕਰ ਕੋਈ ਗਲਤ ਇਸਤੇਮਾਲ ਕਰੇ ਤਾਂ ਪ੍ਰਸ਼ਾਸਨ ਨੂੰ ਜਲਦ ਹੀ ਕਾਰਵਾਈ ਕਰਨੀ ਚਾਹੀਦੀ ਹੈ। Please subscribe our channel and press the bell icon ताकि कोई भी नवी अपडेट तुसे बिल्कुल भी मिस ना करो।